ਸਤਿ ਸ਼੍ਰੀ ਅਕਾਲ ਜੀ ਕਿਸਾਨ ਭਰਾਓ, ਅੱਜ ਦੀ ਵੀਡੀਓ 'ਚ ਆਪਾਂ ਗੱਲ ਕਰਦੇ ਹਾਂ ਜੀ ਤੂੜੀ ਦੇ ਰੇਟਾਂ ਬਾਰੇ ਅਤੇ ਆਉਣ ਵਾਲੇ ਸੀਜ਼ਨ ਦੇ ਵਿੱਚ ਹੁਣ ਦਸੰਗ ਦਿਨਾਂ ਨਵੀਂ ਤੂੜੀ ਸਟਾਰਟ ਹੋ ਜਾਣੀ ਆ, ਕੀ ਰੇਟ ਰਹਿਣਗੇ, ਹੁਣ ਕੀ ਰੇਟ ਚੱਲ ਰਹੇ ਆ, ਪੂਰੀ ਗੱਲਬਾਤ ਅੱਗੇ ਆਪਾਂ ਇਸ ਵੀਡੀਓ 'ਚ ਕਰਾਂਗੇ। ਜੇ ਤੁਸੀਂ ਚੈਨਲ 'ਤੇ ਨਵੇਂ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਅਤੇ ਬੈੱਲ ਵਾਲਾ ਬਟਨ ਨਾਲ ਜ਼ਰੂਰ ਦਬਾ ਲਿਓ ਤਾਂ ਜੋ ਹਰੇਕ ਵੀਡੀਓ ਜਿਹੜੀ ਤੁਹਾਡੇ ਤੱਕ ਪਹੁੰਚ ਸਕੇ। ਗੱਲ ਕਰਦੇ ਹਾਂ ਜੀ ਤੂੜੀ ਦੇ ਰੇਟਾਂ ਦੀ। ਇਸ ਵਾਰ ਤੂੜੀ ਨੇ ਕੋਈ ਬਹੁਤਾ ਵੱਡਾ ਮੁਨਾਫਾ ਜਿਹੜਾ ਉਹ ਕਿਸਾਨਾਂ ਨੂੰ ਨਹੀਂ ਦਿੱਤਾ, ਸੋ ਉਹ ਹੀ ਜਿਹੜੀ ਤੂੜੀ 400 ਤੋਂ ਲੈ ਕੇ 500, 550, ਹੱਦ 600 ਰੁਪਏ ਤੱਕ ਤੂੜੀ ਜਿਹੜੀ ਆ ਇਸ ਵਾਰ ਵਿਕੀ ਆ। ਰੇਟ ਘਟਣ ਦੇ ਦੋ ਤਿੰਨ ਜਿਹੜੇ ਆ ਉਹ ਮੇਨ ਕਾਰਨ ਹੈਗੇ ਆ। ਪਹਿਲਾਂ ਤਾਂ ਜਿਹੜਾ ਸਾਈਲੇਜ ਲੋਕ ਪਾਉਣ ਡੇ ਪਏ ਆ ਉਹਦੇ ਨਾਲ ਵੀ ਤੂੜੀ ਦੀ ਖਪਤ ਬਹੁਤ ਘੱਟ ਗਈ ਆ, ਅਤੇ ਦੂਸਰਾ ਜਿਹੜਾ ਵਾ ਪਸ਼ੂ ਵੀ ਘਟਾ ਦਿੱਤੇ ਆ ਲੋਕਾਂ ਨੇ ਜ਼ਿਆਦਾ ਜਿਹੜੇ ਆ ਪਿੰਡਾਂ ਦੇ ਵਿੱਚ ਹੁਣ ਇੰਨੇ ਪਸ਼ੂ ਨਹੀਂ ਰੱਖਦੇ ਜਿੰਨੇ ਪਹਿਲਾਂ ਰੱਖਦੇ ਹੁੰਦੇ ਸੀਗੇ। ਅਤੇ ਤੀਜਾ ਕਾਰਨ ਬਣ ਗਿਆ ਜੀ ਜਿਹੜੀ ਫੈਕਟਰੀਆਂ ਦੇ ਵਿੱਚ ਤੂੜੀ ਇਸਤੇਮਾਲ ਹੁੰਦੀ ਸੀ ਕਿਤੇ ਬਾਲਣ ਵਾਸਤੇ, ਉੱਥੇ ਹੁਣ ਅੱਜ ਕੱਲ੍ਹ ਜਿਹੜਾ ਵਾ ਰਾਜਸਥਾਨ ਤੋਂ ਸਰ੍ਹੋਂ ਦਾ ਭੋ, ਤੂੜਾ ਵੀ ਕਹਿ ਦਿੰਦੇ ਉਸਨੂੰ, ਉਹ ਜਿਹੜਾ ਬਹੁਤ ਜ਼ਿਆਦਾ ਇੱਧਰ ਆ ਰਿਹਾ ਵਾ, ਭੱਠਿਆਂ 'ਚ ਵੀ ਬਲ ਰਿਹਾ ਵਾ, ਫੈਕਟਰੀਆਂ 'ਚ ਵੀ ਬਲ ਰਿਹਾ, ਕਿਉਂਕਿ ਉਹਦੇ ਵਿੱਚ ਤੇਲ ਹੁੰਦਾ, ਜ਼ਿਆਦਾ ਅੱਗ ਹੁੰਦੀ ਉਹਦੀ, ਅਤੇ ਇਸ ਕਾਰਨਾਂ ਕਰਕੇ ਜਿਹੜੀ ਤੂੜੀ ਦੀ ਖਪਤ ਥੋੜ੍ਹੀ ਜਿਹੀ ਘਟੀ ਅੱਗੇ ਨੂੰ। ਜੇ ਹੁਣ ਮੌਜੂਦਾ ਰੇਟਾਂ ਦੀ ਗੱਲ ਕਰ ਲਈਏ ਵੀ ਹੁਣ ਕੀ ਰੇਟ ਚੱਲ ਰਿਹਾ, ਤਾਂ ਹੁਣ ਜਿਹੜੇ ਆ 400 ਤੋਂ ਲੈ ਕੇ ਅਤੇ 450 ਤੱਕ ਜਿਹੜਾ ਰੇਟ ਤੂੜੀ ਦਾ ਇਸ ਟਾਈਮ ਚੱਲ ਰਿਹਾ ਜੀ। ਸੋ ਜੇ ਨਵੀਂ ਤੂੜੀ ਦੀ ਗੱਲ ਕਰ ਲਈਏ ਆਉਣ ਵਾਲੇ ਸੀਜ਼ਨ ਦੇ ਵਿੱਚ, ਇੱਥੇ ਤੂੜੀ ਦੇ ਰੇਟ 300 ਤੋਂ 350 ਦੇ ਵਿੱਚ ਰਹਿਣ ਦੇ ਜਿਹੜੇ ਆ ਉਹ ਆਸ ਹੈਗੀ ਆ, ਕਿਉਂਕਿ MP ਅਤੇ ਰਾਜਸਥਾਨ ਦੇ ਵਿੱਚ ਵੀ ਤੂੜੀ ਜਿਹੜੀ ਆ ਉਹ 250 ਤੋਂ 300 ਦੇ ਵਿੱਚ ਜਿਹੜੀ ਆ ਉੱਥੇ ਰੇਟ ਚੱਲ ਰਿਹਾ ਤੂੜੀ ਦਾ।